ਥੋੜਾ ਵੀ ਤੁਸੀਂ ਆਪ ਵੀ ਚੱਕੇ ਜਾਣਾ ਹੈ ਔਰ ਜਿਹੜਾ ਪਿੱਛੇ 5-7 ਹਜ਼ਾਰ ਬੰਦਾ ਖਲੋਤਾ ਹੈ ਉਹਨੂੰ ਵੀ ਜਵਾਬ ਦੇਣਾ ਸਾਡੇ 5-7 ਬਹਿਜੋ ਮੇਰੇ ਵੀਰ ਬਹਿਜੋ ਇਹ ਉਮਰ ਸਾਂਭਣੀ ਬਹੁਤ ਔਖੀ ਹੈ ਤੁਸੀਂ ਲਿਖਿਆ ਨਾ ਇਹ ਬਿਨਾਂ ਲਗਾਮ ਵਾਲੀ ਘੋੜੀ ਆ ਇਹ ਭੱਜੀ ਜਾਣੀ ਆ ਬਹਿਜੋ ਤੁਹਾਨੂੰ ਮੌਕਾ ਦਾਂਗੇ ਨੱਚਣ ਦਾ ਆਹ ਵੇਖ ਕਿੰਨੇ ਸੋਹਣੇ ਮੇਰੇ ਵੀਰ ਖਲੋਤੇ ਆ ਸਾਰੇ ਸਾਰਿਆਂ ਨੂੰ ਬਹੁਤ ਪਿਆਰ ਬਹਿਜੋ 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 ਬਹਿ ਜਾਣਾ ਚਾਹੀਦਾ ਜਗ੍ਹਾ ਲੈਣੀ ਬਹੁਤ ਔਖੀ ਆ ਭਾਵੇਂ ਕਿਸੇ ਦੇ ਦਿਲ 'ਚ ਹੋਵੇ ਤੇ ਭਾਵੇਂ ਇੱਦਾਂ ਹੀ ਮਿਲਦੀ ਹੋਵੇ ਅੱਜ ਕੱਲ੍ਹ ਜਗ੍ਹਾ ਨਹੀਂ ਮਿਲਦੀ ਸਾਡਾ ਕਿਹੜਾ ਬਾਪੂ ਕਰਦਾ ਆਪਣੇ ਜਿਹੜਾ ਮੇਰੇ ਸ਼ਹਿਰ ਲੈ ਲਓ
ਫਿਰ ਜਾਨਾਂ ਦੇ ਨਾਂ ਨੇ ਬਈ ਬਈ ਹੁਣ ਕਿਉਂ ਨਹੀਂ ਦਿੰਦਾ ਮੈਨੂੰ ਆਪਣਾ ਰੂਪ ਕੋਈ ਯਾਰ ਸਾਡੇ ਲੈਟੇ ਭਜਾਤੀਆਂ ਤੁਸੀਂ ਮੈਂ ਤੇ ਅੱਗੇ ਮਹਾਂ ਦੇਦਾ ਖਿੱਚ ਲਓ ਲੀਡ ਲੜ ਕੋਈ ਇੱਥੋਂ ਆਓ ਜਿਹੜੇ ਲੋਕੀ ਨੇ ਨਹੀਂ ਪਰਹੇਜ ਕਰਨਾ ਉਹਦਾ ਇਲਾਜ ਕਰੋ ਜਿਹੜੇ ਮਨ ਨੇ ਖਾਣੇ ਚ ਨਿਤ ਉਹਨੂੰ ਘਿਓ ਖਵਾਉਣ ਦਾ ਕੀ ਫਾਇਦਾ ਜਿਹੜਾ ਪੈਗ ਲਾ ਕੇ ਸ਼ੇਰ ਨੂੰ ਕਹੇ ਬਿਲ ਸ਼ੇਰ ਨੂੰ ਕਹੇ ਬਿਲ ਸ਼ੇਰ ਨੂੰ ਕਹੇ ਉਹਨੂੰ ਹੋਰ ਪਿਆਉਣ ਦਾ ਜਿਹੜਾ ਪੈਗ ਲਾ ਕੇ ਸ਼ੇਰ ਨੂੰ ਕਹੇ ਮਿਲੇ ਉਹਨੂੰ ਹੋਰ ਪਿਆਉਣ ਦਾ ਥੋੜਾ ਖਾਈਏ ਜ਼ਹਿਰ ਤੋਂ ਵੀ ਲਾਭ ਵੀ ਕਰਦਾ ਬਹੁਤਾ ਮੱਖਣ ਦੁੱਧ ਵੀ ਪੇਟ ਖਰਾਬ ਹੀ ਕਰਦਾ ਹਿਸਾਬ ਦਾ ਜ਼ਹਿਰ ਖਾ ਲਓ ਬੰਦਾ ਤਾਂ ਵੀ ਬਚ ਜਾਂਦਾ ਵੈਸੇ ਤਾਂ ਨਾ ਹੀ ਖਾਓ ਬਹੁਤਾ ਦੁੱਧ ਪੀ ਲਓ ਤਾਂ ਵੀ ਆਪਣੇ ਲਿਆ ਉਹਨੇ ਸਿੱਧਾ ਬੈਂਕ 'ਚ ਹੀ ਦੇਣੇ ਉਹ ਡਾਇਰੈਕਟ ਵਿੱਚ ਉਹਨੇ ਬੰਦਾ ਕੋਈ ਨਹੀਂ ਪਾਉਣਾ ਕੱਢੀਏ ਪਕੌੜੇ ਕਾੜ ਕੇ ਵੀ ਖੇਲ ਬਿਜਲੀ ਦੇ ਖੰਭੇ ਤੇਰੇ ਕਾੜੋਗੇ Yeah.
ਮੁੰਡੇ ਦੇ ਵਿਆਹ ਨੂੰ ਬਹੁਤਾ ਮੂੰਹ ਨਾ ਸੀਏ, ਦੋਤੇ ਅਤੇ ਪੁੱਤ ਨੂੰ ਨਾ ਘਰੋਂ ਵੱਡੀਏ। ਫਿਰ ਹੋ ਜੇ ਬਾਣੀਆਂ ਜੋ ਕਰੇ ਆਸ਼ਕੀ ਤੇ ਪਵੇ ਨਾ ਹੱਟਦੇ, ਦਾਰੂ ਪੀ ਕੇ ਸੌਦਾ ਜੋ ਵਪਾਰੀ ਕਰਦੇ ਕਦੇ ਨੀ ਹੱਟਦੇ। ਪੀਵੀਆਂ ਦਾ ਯਾਰ ਕਦੇ ਸਾਂਝ ਬਣ ਜੇ ਨਹੀਂ ਕਿਸੇ ਨੂੰ ਤਾਰਦਾ, ਚੁਗਲਾਂ ਨੂੰ ਦਿਲ ਵਾਲਾ ਭੇਤ ਦੱਸਣਾ ਵੀ ਬੰਦੇ ਨੂੰ। ਪੀਵੀਆਂ ਦਾ ਯਾਰ ਕਦੇ ਸਾਂਝ ਬਣ ਜੇ ਨਹੀਂ ਕਿਸੇ ਨੂੰ ਤਾਰਦਾ, ਚੁਗਲਾਂ ਨੂੰ ਦਿਲ ਵਾਲਾ ਭੇਤ ਦੱਸਣਾ ਵੀ ਬੰਦੇ ਨੂੰ। ਜ਼ੋਰਦਾਰ ਤਾੜੀ ਲਾਓ, ਕੋਈ ਹੋਰ ਕੰਮਾਂ 'ਚ ਪੈ ਜਾਂਦੇ, ਤਾੜੀ ਸਭ ਤੋਂ ਵਧੀਆ ਤਰੀਕਾ। ਤੇਰੀ ਵੀ ਡਰਾਈਵਰ ਓਏ ਦਾ, ਤੁਸੀਂ ਬਾਬਾ ਜੀ ਬਹੁਤ ਟਾਈਮ ਦੇ ਆਏ ਆ ਔਰ ਤੁਹਾਡੇ ਖੜ ਜਾ ਫਤਿਹ ਲਾਉਣਾ ਲਾਉਣਾ ਲਾਉ। ਮੈਂ ਚਿੱਟਾ ਉਹ ਅੱਗੇ ਕੱਲ੍ਹ ਮੇਰਾ ਕੀ ਕਸੂਰ ਲਾ ਲਓ, ਇਹ ਦੋਵੇਂ ਮੇਰੇ ਪਰਚੇ ਚਲੀ ਜਾਂਦੇ ਜਾਂ ਆਪਣਾ ਤੀਜਾ ਮੇਰੇ ਗੱਲ ਨਵਾਂ ਫਾਪ ਪੈ ਗਿਆ। ਠੀਕ ਹੈ ਬਾਬਾ ਤਗੜਾ, ਇੰਨੇ ਕਿਲਾ ਤਾਂ ਮੈਂ ਖਾਸ ਖਾਸ ਖਾਂਦਾ ਵੀ ਮੈਨੂੰ ਗਮ ਭੁੱਲ ਜਾਣ। ਇੱਥੇ ਪਤੰਦਰ ਇੰਨੇ ਕੁ ਦੀ ਆਇਓ ਟੈਕਸ ਆਉਣੀ ਹੈ ਜਿਹੜੇ ਹਿਸਾਬ ਨਾਲ ਐਂ ਲੱਗਣ। ਮੇਰੀ ਤੇ ਰੀੜ ਦੀ ਅੱਧੀ ਅੱਧੀ ਹੋ ਗਈ ਹੈ। ਲਵ ਯੂ ਯਾਰ, ਬਹੁਤ ਪਿਆਰ। ਅੱਛਾ ਕਿ ਤੇਰੀ ਵੇ ਡਰਾਈਵਰ ਕਨੇਡਾ ਵਾਲੇ। ਅੱਛਾ ਹੁਣ ਕੋਈ ਵੀ ਹੋ ਸਕਦਾ, ਕਿੱਦਾਂ ਕੋਈ ਵੀ ਹੋ ਸਕਦਾ, ਮੇਨ ਫੋਕਸ ਤਨਖਾਹ ਤੇ ਰੱਖਣਾ। ਤਨਖਾਹ ਦਾ ਮਤਲਬ ਮਿਹਨਤ, ਜਿਹੜੀ ਵੀ ਤੁਸੀਂ ਕਿਸੇ ਵੀ ਕੰਮ 'ਚ ਕਰਦੇ ਹੋ ਉਹ ਤੁਹਾਡੀ ਘਰੇ ਆਉਣੀ ਚਾਹੀਦੀ। ਇੱਕ ਵਾਰ ਜ਼ੋਰਦਾਰ ਤਾੜੀ ਟਰੱਕਾਂ ਵਾਲੇ ਵੀਰਾਂ ਦੇ ਨਾਲ ਹੀ ਲਾ ਦਿਓ। ਸਾਡੇ ਪੰਜਾਬੀਆਂ ਨੇ ਤੋੜ ਤੜਦੀ ਬਾਪੂ ਤੋਂ ਸਿੱਖਿਆ ਖੋਡ ਤੇ ਪੀਟਰ ਬੈਲਟ ਚਲਾਦਾ ਨੀ। ਬਾਪੂ ਤੋਂ ਸਿੱਖਿਆ ਖੋਡ ਤੇ ਪੀਟਰ ਬੈਲਟ ਚਲਾਦਾ ਨੀ। ਉਹ
ਕਰਦਾ ਰੇ ਕਿਰਿਆ ਡਰਾਈਵਰ ਦਾ ਸਾਨੂੰ ਇੱਕ ਪਰਸੋਂ ਚੌਥ ਹੁਸ਼ਿਆਰਪੁਰ ਸ਼ੋਅ ਚ ਇੱਕ ਕੁੜੀ ਕਹਿੰਦੀ ਭਾਜੀ ਜੀਜੇ ਸਾਲੀ ਵਾਲਾ ਗਾਣਾ ਲਾ ਦੋ। ਮੈਂ ਕਿਹਾ ਭੈਣੇ ਹੁਣ ਕੋਈ ਲਿਖਦੇ ਨੀ ਨਾ ਕੋਈ ਟਰੱਕਾਂ ਹੁਣ। ਅਸਲ ਚ ਪਹਿਲੋਂ ਇਹ ਵੀ ਇੱਕ ਸੱਭਿਆਚਾਰ ਦਾ ਅੰਗ ਸੀ ਰਿਸ਼ਤੇ ਨਾਤੇ। ਤੁਸੀਂ ਇੰਨੇ ਲਿਖੇ ਦਿਓਰ ਭਰਜਾਈ ਤੇ ਇੰਨੇ ਗਾਣੇ ਲਿਖੇ, ਟਰੱਕਾਂ ਵਾਲਿਆਂ ਦੇ ਇੰਨੇ ਗਾਣੇ ਲਿਖੇ। ਮੇਰੇ ਫਾਦਰ ਸਾਹਿਬ ਟਰੱਕ ਚਲਾਉਂਦੇ ਸੀ, ਮੈਨੂੰ ਇਸ ਕਿੱਤੇ ਨਾਲ ਬਹੁਤ ਪਿਆਰ ਹੋਇਆ। ਉਹ ਕਹਿੰਦੀ ਜੇ ਆਪ ਸਿੰਗਰ ਨਾ ਹੋਤੇ ਤੇ, ਮੈਂ ਕਿਹਾ ਫਿਰ ਟਰੱਕ ਦੇ ਹੋਤੇ। ਉਹ ਤਾਂ ਵਰਤ ਪਿਆ ਸੀ, ਅਸੀਂ ਕੱਪੜਾ ਮਾਰਨਾ ਸੀ, ਘਰੋਂ ਵੜ ਲੈਣਾ ਸੀ। ਗੱਲ ਲਾ ਕੇ ਬਿੱਲੀ ਦਾ ਗੇੜਾ ਨੀ ਇੱਕ ਲੈ ਲਿਆ ਗਿਫਟ ਕੁੜੇ, ਲੈ ਲਿਆ ਗਿਫਟ ਕੁੜੇ। ਜਿਹੜਾ ਤੁਹਾਡਾ ਕਿੱਤਾ ਹੋਵੇ, ਤੁਹਾਨੂੰ ਉਸ ਕਿੱਤੇ ਦੇ ਗਾਣੇ ਚੰਗੇ ਲੱਗਦੇ। ਜਿੱਦਾਂ ਫੌਜੀ ਵੀਰਾਂ ਨੂੰ ਫੌਜ ਦੀ ਬਹਾਦਰੀ ਦੇ, ਤੇ ਡਰਾਈਵਰ ਵੀਰਾਂ ਨੂੰ ਆ ਉੱਥੇ ਰੱਖੋ ਬਾਬਾ ਖੜਾ ਹੋਵੇ, ਆ ਜਾਂਦੇ ਰਹੋ। ਗੱਡੀ ਮੈਂ ਵੀ ਚਲਾ ਲੈਣਾ, ਮੈਂ ਅਗਲੇ 20 ਦਿਨ ਵਿਹਲਾ ਹੀ ਹਾਂ, ਲੈ ਜਿਓ ਲੈ ਕੇ ਜਾਣਾ ਗੁਹਾਟੀ ਤੋਂ, ਤੁਹਾਡੇ ਨਾਲ ਚੱਲ ਪਾ ਕੇ। ਦਿੱਲੀ ਦਾ ਗੇੜਾ ਨੀ ਇੱਕ ਲੈ ਲਿਆ ਗਿਫਟ ਕੁੜੇ, ਘੁੱਟ ਲਾ ਕੇ ਯਾਰਾਂ ਦੀ ਮਹਿਫਲ ਵਿੱਚ ਤੇਰੀ ਕੀਤੀ ਸਿਫਤ ਕੁੜੇ। ਕਲਾਕਾਰ ਨੂੰ ਭਾਵੇਂ 10 ਲੱਖ ਦੇ ਦਿਓ ਤੇ ਭਾਵੇਂ 20 ਲੱਖ ਦੇ ਦਿਓ, ਜਿਹੜਾ ਆਇਆ ਤੇ ਉਹਦੇ ਨਾਲੋਂ ਕਿਤੇ ਵੱਡਾ ਹੈ। ਉਹਦਾ ਰੀਜ਼ਨ ਕੀ ਆ? ਉਹਦਾ ਕਾਰਨ ਇਹ ਆ ਕਿ ਤੁਸੀਂ ਉੱਠ ਕੇ ਆਏ ਤੇ ਕਿਤੇ ਨਾ ਕਿਤੇ ਤੇ ਦਿਲੋਂ ਸਾਨੂੰ ਅੱਛਾ। ਮੁਲਕ ਕੋਈ ਵੀ ਹੋ ਸਕਦਾ, ਕਿੱਤਾ ਕੋਈ ਵੀ ਹੋ ਸਕਦਾ, ਮੇਨ ਫੋਕਸ ਤਨਖਾਹ ਤੇ ਰੱਖਣਾ। ਤਨਖਾਹ ਦਾ ਮਤਲਬ ਮਿਹਨਤ, ਜਿਹੜੀ ਵੀ ਤੁਸੀਂ ਕਿਸੇ ਵੀ ਕੰਮ 'ਚ ਕਰਦੇ ਹੋ ਉਹ ਤੁਹਾਡੀ ਘਰੇ ਆਉਣੀ ਚਾਹੀਦੀ। ਇੱਕ ਵਾਰ ਜ਼ੋਰਦਾਰ ਤਾੜੀ ਟਰੱਕਾਂ ਵਾਲੇ ਵੀਰਾਂ ਦੇ ਨਾਲ ਹੀ ਲਾ ਦਿਓ। ਸਾਡੇ ਪੰਜਾਬੀਆਂ ਨੇ ਧੂੜ ਕੱਢਤੀ, ਬਾਪੂ ਤੋਂ ਸਿੱਖਿਆ ਫੋੜ ਤੇ ਪੀਟਰ ਬੈਲਟ ਚਲਾ ਦਾਨੀ, ਬਾਪੂ ਤੋਂ ਸਿੱਖਿਆ ਫੋੜ ਤੇ ਪੀਟਰ ਬੈਲਟ ਚਲਾ ਦਾਨੀ। ਉਹ ਦੁੱਖ ਆਉਂਦੇ ਜਾਂਦੇ ਨੇ, ਜ਼ਿੰਦਗੀ ਜਾਂਦੇ ਨਾਲ ਨਜ਼ਾਰੇ, ਦਰਿਆ ਡਰਾਈਵਰ ਦਾ ਸਾਨੂੰ ਇੱਕ ਪਰਸੋਂ ਚੌਥ ਹੁਸ਼ਿਆਰਪੁਰ ਸ਼ੋਅ 'ਚ ਇੱਕ ਕੁੜੀ ਕਹਿੰਦੀ ਭਾਜੀ ਜੀਜੇ ਸਾਲੀ ਵਾਲਾ ਗਾਣਾ ਲਾ ਦਿਓ। ਮੈਂ ਕਿਹਾ ਭੈਣੇ ਹੁਣ ਕੋਈ ਲਿਖਦਾ ਹੀ ਨਹੀਂ ਨਾ ਕੋਈ ਟਰੱਕਾਂ ਹੁਣ। ਅਸਲ 'ਚ ਪਹਿਲੋਂ ਇਹ ਵੀ ਇੱਕ ਸੱਭਿਆਚਾਰ ਦਾ ਅੰਗ ਸੀ ਰਿਸ਼ਤੇ ਨਾਤੇ। ਤੁਸੀਂ ਇੰਨੇ ਲਿਖੇ ਦਿਓਰ ਭਰਜਾਈ ਤੇ ਇੰਨੇ ਗਾਣੇ ਲਿਖੇ, ਟਰੱਕਾਂ ਵਾਲਿਆਂ ਦੇ ਇੰਨੇ ਗਾਣੇ ਲਿਖੇ।
ਮੇਰੇ ਫਾਦਰ ਸਾਹਿਬ ਟਰੱਕ ਚਲਾਉਂਦੇ ਸੀ, ਮੈਨੂੰ ਇਸ ਕਿੱਤੇ ਨਾਲ ਬਹੁਤ ਪਿਆਰ ਹੈ। ਉਹ ਕਹਿੰਦੀ ਜੇ ਆਪ ਸਿੰਗਰ ਨਾ ਹੋਤੇ ਤੇ ਮੈਂ ਕਿਹਾ ਫਿਰ ਟਰੱਕ ਦੇ ਹੋਤੇ। ਉਹ ਤਾਂ ਵੱਟਦੇ ਪਿਆ ਸੀ, ਅਸੀਂ ਕੱਪੜਾ ਮਾਰਨਾ ਸੀ ਘਰੋਂ ਕੱਢ ਲੈਣਾ ਸੀ। ਜਿਹੜਾ ਤੁਹਾਡਾ ਕਿੱਤਾ ਹੋਵੇ ਤੁਹਾਨੂੰ ਉਸ ਕਿੱਤੇ ਦੇ ਗਾਣੇ ਚੰਗੇ ਲੱਗਦੇ, ਜਿੱਦਾਂ ਫੌਜੀ ਵੀਰਾਂ ਨੂੰ ਫੌਜ ਦੀ ਬਹਾਦਰੀ ਦੇ, ਤੇ ਡਰਾਈਵਰ ਵੀਰਾਂ ਨੂੰ ਆ ਉੱਥੇ ਰੱਖੋ ਬਾਬਾ ਖੜਾ ਹੋ ਗਿਆ ਆ ਜਾਂਦੇ ਰਹੋ।